ਕੈਨੇਡਾ ਦੇ ਕਿਸ ਮੈਂਬਰ ਪਾਰਲੀਮੈਂਟ ਨੇ ਕਿੰਨੀ ਤਣਦੇਹੀ ਨਾਲ ਪਾਰਲੀਮੈਂਟ ਦੇ ਅੰਦਰ ਸਿੱਖ ਧਰਮ ਨਾਲ ਜੁੜੇ ਮਸਲੇ ਚੁੱਕੇ ਹਨ ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਜਨਵਰੀ 2018 ਤੋਂ ਹੁਣ ਤੱਕ ਦਾ ਲੇਖਾ ਜੋਖਾ ਬਿਆਨ ਕੀਤਾ ਹੈ ਉਸ ਦਾ ਨਾ ਸਿੱਖ ਮਸਲਿਆਂ ਦੀ ਅਹਿਮੀਅਤ ਦੇ ਮੱਦੇ ਨਜ਼ਰ ਇਹਨਾਂ ਨੂੰ ਚੁੱਕਣ ਵਾਲੇ ਮੈਂਬਰ ਪਾਰਲੀਮੈਂਟ ਦਾ ਲੇਖਾ ਜੋਖਾ ਕਈ ਪੱਖਾਂ ਤੋਂ ਅਹਿਮ ਹੈ ਜਿਨ੍ਹਾਂ ਨੇ ਪਾਰਲੀਮੈਂਟ ਵਿੱਚ ਸਿੱਖ ਮਸਲੇ ਵਿਚਾਰੇ ਹਨ ਜਨਵਰੀ 2018 ਦਾ ਸਮਾਂ ਇਸ ਨੁਕਤੇ ਤੋਂ ਵੀ ਅਹਿਮ ਹੈ ਕਿਨਾਂ ਦਿਨਾਂ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਜਾ ਕੇ ਆਏ ਸਨ ਜਦੋਂ ਕੈਨੇਡੀਅਨ ਸਿੱਖਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਸਾਹਮਣੇ ਆਏ ਸਨ ਜੋ ਇਸ ਸਭ ਦੀ ਪੁਣਛਾਣ ਕਰਨ ਲਈ ਇਸ 2.5 ਸਾਲ ਤੋਂ ਵੱਧ ਦੇ ਵਕਫੇ ਵਿੱਚ ਸਿੱਖ ਮਸਲੇ ਚੁੱਕਣ ਵਾਲੇ ਮੈਂਬਰ ਪਾਰਲੀਮੈਂਟ ਦੇ ਇਹ ਮਸਲੇ ਕਿਹੜੇ ਸਨ ਕਿਸ ਮੁਸਤੈਦੀ ਤੇ ਸੰਜੀਦਗੀ ਨਾਲ ਚੁੱਕੇ ਗਏ ਇਹ ਸਭ ਇਸ ਦੌਰਾਨ ਵਿਚਾਰੇ ਗਏ ਹਨ ਹਲਕ ਐਹ ਮਸਲਿਆਂ ਨੂੰ ਸੂਚੀਬੱਧ ਕਰੀਏ ਤਾਂ ਚਾਰਾ ਜ ਹੈ ਸਿੱਖ ਮਸਲੇ ਉੱਭਰ ਕੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿੱਚ ਪਹਿਲਾ ਮਸਲਾ ਅਫਗਾਨ ਸਿੱਖ ਅਤੇ ਹਿੰਦੂਆਂ ਨੂੰ ਕੈਨੇਡਾ ਵਿੱਚ ਵਸਾਉਣ ਦਾ ਹੈ ਅਤੇ ਦੂਜਾ 2018 ਵਿੱਚ ਕੈਨੇਡਾ ਸਰਕਾਰ ਵੱਲੋਂ ਜਾਰੀ ਪਬਲਿਕ ਸੇਫਟੀ ਰਿਪੋਰਟ ਦਾ ਹੈ ਜਿਸ ਵਿੱਚ ਸਿੱਖ ਗਰਮ ਖਿਆਲੀਆਂ ਨੂੰ ਇਸ ਕੈਟਾਗਰੀ ਵਿੱਚ ਰੱਖਣ ਨਾਲ ਵਿਵਾਦ ਹੋ ਗਿਆ ਸੀ ਅਤੇ ਮਸਲਾ ਪਾਰਲੀਮੈਂਟ ਵਿੱਚ ਵੀ ਕਾਫੀ ਗੂੰਜਿਆ ਸੀ ਤੀਜਾ ਸਿੱਖ ਧਰਮ ਨਾਲ ਜੁੜਿਆ ਅਹਿਮ ਮਸਲਾ ਕਯੂਬਿਕ ਬਿੱਲ 21 ਦਾ ਹੈ ਅਤੇ ਚੌਥਾ ਅਹਿਮ ਮਸਲਾ ਜੋ ਸਭ ਤੋਂ ਵੱਧ ਪਾਰਲੀਮੈਂਟ ਵਿੱਚ ਚੁੱਕਿਆ ਗਿਆ ਉਹ ਰਿਹਾ ਹੈ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਵੱਲੋਂ ਜਿਹੜਾ ਹਾਲ ਹੀ ਵਿੱਚ ਕੋਵਿਡ ਮਹਾਮਾਰੀ ਦੌਰਾਨ ਦਾੜੀ ਵਾਲੇ ਸਿੱਖ ਪੁਲਿਸ ਅਫਸਰਾਂ ਨੂੰ ਫਰੰਟ ਲਾਈਨ ਤੋਂ ਹਟਾਉਣਾ ਜਿਸ ਉੱਪਰ ਕਾਫੀ ਵਿਵਾਦ ਪਕਿਆ ਸੀ ਅਤੇ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਇਹ ਮਸਲਾ ਕਾਫੀ ਗੂੰਜਿਆ ਹੈ ਇਸ ਵੇਲੇ ਕੈਨੇਡਾ ਵਿੱਚ 17 ਸਿੱਖ ਮੈਂਬਰ ਪਾਰਲੀਮੈਂਟ ਹਨ ਜਿਨ੍ਹਾਂ ਵਿੱਚੋਂ 12 ਲਿਬਰਲ 4 CPC ਅਤੇ ਇੱਕ NDP ਨਾਲ ਸੰਬੰਧਿਤ ਹੈ ਸਿੱਖ ਮਸਲੇ ਚੁੱਕਣ ਵਿੱਚ ਬਾਜੀ ਕਿਸੇ ਸਿੱਖ ਮੈਂਬਰ ਪਾਰਲੀਮੈਂਟ ਨੇ ਨਹੀਂ ਬਲਕਿ ਇੱਕ ਗੈਰ ਸਿੱਖ ਕੈਨੇਡੀਅਨ ਕਨਜ਼ਰਵੇਟਿਵ ਪਾਰਟੀ ਦੇ ਗਰੇਨੇਟ ਜੂਨੀਅਰ ਨੇ ਮਾਰੀ ਹੈ ਗੈਰਨੇਟ ਨੇ ਸਿੱਖ ਧਰਮ ਨਾਲ ਜੁੜੇ ਵੱਡੇ ਅਤੇ ਅਹਿਮ ਮਸਲੇ ਪ੍ਰਮੁਖਤਾ ਨਾਲ ਚੁੱਕੇ ਹਨ ਉਹ ਭਾਵੇਂ afghanistan ਵਿੱਚ ਸਿੱਖਾਂ ਦੀ ਸਲਾਮਤੀ ਲਈ ਕੈਨੇਡਾ ਵਿੱਚ ਵਸਾਉਣਾ ਹੋਵੇ ਜਾਂ 2018 ਦੀ ਪਬਲਿਕ ਸੇਫਟੀ ਰਿਪੋਰਟ ਉਹਨਾਂ ਨੇ ਇਹਨਾਂ ਮਸਲਿਆਂ ਉੱਪਰ ਪਾਰਲੀਮੈਂਟ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈ ਉਹ ਕਯੂਬਿਕ ਦੇ ਪੱਖਪਾਤੀ ਬਿੱਲ ਦੇ ਖਿਲਾਫ ਵੀ ਡਟ ਕੇ ਬੋਲੇ ਹਨ ਦੂਜਾ ਸਭ ਤੋਂ ਪ੍ਰਮੁੱਖਾ ਸਿੱਖ ਮਸਲੇ ਚੁੱਕਣ ਵਾਲਾ ਸੰਸਦ ਲਿਬਰਲ ਪਾਰਟੀ ਦਾ ਮੈਂਬਰ ਪਾਰਲੀਮੈਂਟ ਸੁਖ ਤਾਲੀਵਾਲ ਹੈ ਸਿੱਖ ਹੈਰੀਟੇਜ ਮੰਥ ਐਕਟ ਜੋ ਹਰ ਸਾਲ April ਵਿੱਚ ਮਨਾਇਆ ਜਾਂਦਾ ਹੈ ਉਹ ਉਹਨਾਂ ਦੀ ਹੀ ਬਦੌਲਤ ਹੈ ਅਤੇ ਉਹਨਾਂ ਨੇ ਪ੍ਰਮੁਖਤਾ ਨਾਲ ਪਾਰਲੀਮੈਂਟ ਦੇ ਅੰਦਰ ਸਿੱਖ ਮਸਲਿਆਂ ਨੂੰ ਉਭਾਰ ਕੇ ਪੇਸ਼ ਕੀਤਾ ਹੈ। ਇਹਨਾਂ ਸਿੱਖ ਮਸਲਿਆਂ ਦੇ ਨਾਲ ਨਾਲ 2018 ਤੋਂ ਬਾਅਦ ਸਿਰਫ 4 ਮੈਂਬਰ ਪਾਰਲੀਮੈਂਟ ਹੀ ਅਜਾਹੇ ਹਨ ਜਿਨ੍ਹਾਂ ਨੇ 1984 ਸਿੱਖ ਕਤਲੇਆਮ ਜਾਂ ਆਪਰੇਸ਼ਨ ਬਲੂ ਸਟਾਰ ਨਾਲ ਜੁੜਿਆ ਕੋਈ ਮੁੱਦਾ ਪਾਰਲੀਮੈਂਟ 'ਚ ਚੁੱਕਿਆ ਹੋਵੇ। ਇਸ ਦਿਸ਼ਾ ਵਿੱਚ ਐਨਡੀਪੀ ਸੰਸਦ ਟਿਰਾਚੀ ਰਾਮਚੰਦ ਦਾ ਨਾਮ ਆਉਂਦਾ ਹੈ ਜਿਨ੍ਹਾਂ ਨੇ 1984 ਸਿੱਖ ਨਸਲ ਕੁਸ਼ੀ ਦਾ ਸ਼ਬਦ ਵਰਤਿਆ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਦਾ ਇੱਥੋਂ ਤੱਕ ਸੰਬੰ ਲਿਬਰਲ ਪਾਰਟੀ ਦੇ ਆਗੂ ਵੱਜੋਂ 2014 ਵਿੱਚ ਸਿੱਖ ਉਤਪੀੜਨ ਇਨਸਾਫ ਦੇ ਮਸਲੇ ਉਭਾਰ ਕੇ ਚੁੱਕੇ ਸਨ ਤੇ ਭਾਰ ਸਰਕਾਰ ਨੂੰ ਮੁਖਾਤਬ ਹੁੰਦੇ ਆ ਇਹ ਮਸਲੇ ਵਿਚਾਰੇ ਸਨ ਪਰ 2015 ਵਿੱਚ ਪੀਐਮ ਦੀ ਕੁਰਸੀ ਸੰਭਲਣ ਤੋਂ ਬਾਅਦ ਉਹ ਇਹਨਾਂ ਮਸਲਿਆਂ ਤੇ ਚੁੱਪ ਹੀ ਧਾਰ ਗਏ ਉਸ ਤੋਂ ਬਾਅਦ ਇਸ ਤਰ੍ਹਾਂ ਸਿੱਖ ਮਸਲਿਆਂ ਬਾਰੇ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਇਸੇ ਤਰ੍ਹਾਂ ਮੁਸਲਿਮ ਪਾਰਲੀਮੈਂਟਰੀ ਕੌਕਸ ਅਹਿਮਦੀਆ ਪਾਰਲੀਮੈਂਟਰੀ ਫਰੈਂਡਸ਼ਿਪ ਗਰੁੱਪ ਕੈਨੇਡੀਅਨ ਤਾਮਿਲ ਫਰੈਂਡਸ਼ਿਪ ਗਰੁੱਪ ਅਤੇ ਇਸ ਤਰ੍ਹਾਂ ਦੇ ਹੋਰ ਗਰੁੱਪਾਂ ਦੀ ਮੌਜੂਦਗੀ ਵਿੱਚ ਕੋਈ ਸਿੱਖ ਪਾਰਲੀਮੈਂਟੇਰੀਅਨ ਦਾ ਸਾਂਝਾ ਗਰੁੱਪ ਨਹੀਂ ਹਾਲਾਂਕਿ ਯੂਐਸਏ ਯੂਕੇ ਵਿੱਚ ਇਹ ਹਨ ਪਰ ਕੈਨੇਡਾ ਵਿੱਚ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ ਨੁਮਾਇੰਦਗੀ ਮੈਨੇ ਰੱਖਦੀ ਹੈ ਅਤੇ ਜੇਕਰ ਸਾਡੇ ਨੁਮਾਇੰਦੇ ਸਾਡੇ ਮੁੱਦੇ ਪ੍ਰਮੁੱਖਤਾ ਨਾਲ ਚੁੱਕਦੇ ਪੂਰਨ ਹੈ World Sikh Organization ਵੱਲੋਂ ਬੜੀ ਹੀ ਬਾਰੀਕ ਬੀਨੀ ਨਾਲ ਇਹ ਤੱਥ ਖੋਲ ਕੇ ਰੱਖ ਦਿੱਤੇ ਗਏ ਹਨ ਕਿ ਪਾਰਲੀਮੈਂਟ ਵਿੱਚ 17 ਐਮਪੀ ਹੋਣ ਦੇ ਬਾਵਜੂਦ ਕਿ ਸੰਸਦ ਨੇ ਕਿੰਨੇ ਸਿੱਖ ਕੌਮ ਨਾਲ ਜੁੜੇ ਮਸਲੇ ਪਾਰਲੀਮੈਂਟ ਵਿੱਚ ਕਿੰਨੀ ਪ੍ਰਮੁਖਤਾ ਤੇ ਕਿੰਨੀ ਸੰਜੀਦਗੀ ਨਾਲ ਚੁੱਕੇ ਉਹ ਸਿੱਖ ਵੋਟ ਬੈਂਕ ਦੇ ਸਿਰ ਤੇ ਇਥੇ ਪਹੁੰਚੇ ਹਨ ਸੋ ਕਿੰਨੀ ਤਨਦੇਹੀ ਨਾਲ ਸਿੱਖ ਕੌਮ ਦੀ ਇਥੇ ਨੁਮਾਇੰਦੀ ਕਰ ਰਹੇ ਹਨ ਇਹ ਸਭ ਤੋਂ ਅਹਿਮ ਹੈ ਇਸ ਲਈ ਬਕਾਇਦਾ ਚਾਰ ਅਜਿਹੇ ਮੁੱਦੇ ਚੁਣੇ ਗਏ ਅਤੇ ਉਹਨਾਂ ਨੂੰ ਚੁੱਕਣ ਵਾਲੇ ਸੰਸਦਾਂ ਦੀ ਪੂਰੀ ਪਰਚੋਲ ਇਸ ਰਿਪੋਰਟ ਵਿੱਚ ਕੀਤੀ ਗਈ ਹੈ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਅਪਰਾਹਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ